ਇੰਡਸਟਰੀ ਦੀ ਜੇਕਰ ਮੈਂ ਗੱਲ ਕਰਾਂ ਕਦੀ ਇਹਦੋ ਹੈ ਕਿ ਤੁਸੀਂ ਕਿਹਾ ਕਿ ਹੁਣ ਜੈਂਡਰ ਇਕੁਐਲਿਟੀ ਹੈ ਯਾਨੀ ਕਿ ਬਰਾਬਰੀ ਆ ਗਈ ਹੈ ਉਹ ਫਿਲਮਾਂ ਵਿੱਚ ਤਾਂ ਆ ਗਈ ਹੈ ਪਰ ਪੇ ਵਿੱਚ ਆਈ ਹੈ ਕਿ ਨਹੀਂ ਆਈ ਹੈ ਦੇਖੋ ਜੇ ਬਹੁਤ ਵੱਡਾ ਕੁਐਸਚਨ ਪੁੱਛਿਆ ਵੈਸੇ ਤੁਸੀਂ ਤੇ ਇਹ ਬਹੁਤ ਸੋਹਣਾ ਕੁਐਸਚਨ ਵੀ ਹੈ ਮੈਨੂੰ ਕਦੇ-ਕਦੇ ਇਸ ਗੱਲ ਦਾ ਦੁੱਖ ਹੁੰਦਾ ਹੈ ਤੇ ਕਦੇ-ਕਦੇ ਮੈਨੂੰ ਲੱਗਦਾ ਕਿ ਸਾਨੂੰ ਸਾਰੀਆਂ ਫੀਮੇਲਜ਼ ਨੂੰ ਅੱਗੇ ਆਉਣਾ ਚਾਹੀਦਾ ਹੈ ਖਾਸ ਕਰ ਜਿਹੜੀਆਂ ਕਰੈਕਟਰ ਆਰਟਿਸਟ ਨੇ ਹੈਨਾ ਰਿਸ਼ੀ ਮੈਮ ਤੋਂ ਲੈ ਕੇ ਮੇਰੇ ਤੱਕ ਮੈਥੋਂ ਜੂਨੀਅਰ ਵੀ ਕਾਫੀ ਹੈਗੀਆਂ ਨੇ ਉਹਨਾਂ ਤੱਕ ਕਿਉਂਕਿ ਮੈਂ ਦੇਖਿਆ ਹੈ ਕਿ ਮਤਲਬ ਹੁਣ ਜਿਹੜੀਆਂ ਵੀ ਫਿਲਮਾਂ ਉਹਨਾਂ ਦੇ ਉਹ ਮੈਨੂੰ ਲੱਗਦਾ ਹੁੰਦਾ ਵੀ ਉਹ ਕਰੈਕਟਰਾਂ ਦੇ ਸਿਰਾਂ ਤੇ ਜ਼ਿਆਦਾ ਹੈਨਾ ਜਿਹੜੇ ਡਾਇਰੈਕਟਰ ਆ ਉਹ ਖੇਡਦੇ ਨੇ ਹੈਨਾ ਫਿਲਮ ਸਟੋਰੀ ਨੂੰ ਆਪਣੀ ਨੂੰ ਚਲਾਉਂਦੇ ਨੇ ਬਹੁਤ ਸਾਰੀਆਂ ਪਿਛਲੀਆਂ ਫਿਲਮਾਂ ਤੁਸੀਂ ਚੱਕ ਕੇ ਦੇਖੋ ਕਿ ਉਹ ਕਰੈਕਟਰ ਉਹ ਫਿਲਮਾਂ ਨੂੰ ਖਿੱਚ ਕੇ ਲੈ ਗਏ ਹੈਨਾ ਜਾ ਠੀਕ ਹੈ ਹੀਰੋ ਹੀਰੋਇਨ ਵੀ ਜ਼ਰੂਰੀ ਨੇ ਤੇ ਕਿਉਂਕਿ ਫਿਲਮ ਵਿੱਚ ਨਹੀਂ ਵੀ ਆ ਫਿਲਮ ਚਲਾਉਣੀ ਵੀ ਆ ਲੋਕਾਂ ਨੂੰ ਥੀਏਟਰ ਤੱਕ ਲੈ ਕੇ ਵੀ ਆਉਣਾ ਸਾਰਾ ਕੁਝ ਜ਼ਰੂਰੀ ਹੈ ਪਰ ਮੈਨੂੰ ਲੱਗਦਾ ਹੁੰਦਾ ਹੈ ਕਿ 19 ਮਿਹਨਤ ਕਰੈਕਟਰ ਆਰਟਿਸਟਾਂ ਨੇ ਵੀ ਕੀਤੀ ਹੁੰਦੀ ਹੈ ਬਟ ਜਿਹੜੇ ਮੇਲ ਹੈਗੇ ਉਹ ਉਹ ਕਰੈਕਟਰ ਆਰਟਿਸਟ ਮੇਲ ਉਹਨਾਂ ਦੀ ਗੱਲ ਕਰਦੀਆਂ ਉਹਨਾਂ ਨੇ ਇੱਕ ਫਿਲਮ ਦਿੱਤੀ ਹਿੱਟ ਦੋ ਦੋ ਹਿੱਟ ਫਿਲਮਾਂ ਦਿੱਤੀਆਂ ਤਾਂ ਉਹਨਾਂ ਦੀ ਜਿਹੜੀ ਪੇਮੈਂਟ ਹੈ ਉਹ ਇੱਥੋਂ ਤੋਂ ਇੱਥੇ ਚਲੀ ਜਾਂਦੀ ਹੈ ਹੈਨਾ ਔਰ ਉਹਨਾਂ ਨੂੰ ਦਿੰਦੇ ਵੀ ਆ ਬਟ ਜਿਹੜੀਆਂ ਫੀਮੇਲਸ ਨੇ ਉਹਦੀ ਪੇਮੈਂਟ ਪਤਾ ਨਹੀਂ ਕਿਉਂ ਉੱਥੇ ਹੀ ਖੜੀ ਆ ਹਲੇ ਵੀ ਜੇ ਉਹ ਗੱਲ ਕਰਦੇ ਆ ਬੀਬੀ ਭਾਈ ਹੁਣ ਅਸੀਂ ਇੰਨਾ ਕੰਮ ਕਰ ਲਿਆ ਸਾਡੀ ਇਹ ਸਿਨਿਉਰਿਟੀ ਹੋਗੀ ਵੀ ਸਾਡੀ ਹੁਣ ਪੇਮੈਂਟ ਥੋੜੀ ਤਾਂ ਉਹ ਹੋਣੀ ਚਾਹੀਦੀ ਆ ਬਟ ਨਹੀਂ ਮੈਡਮ ਨਹੀਂ ਜੀ ਤੁਸੀਂ ਪਲੀਜ਼ ਐਡਜਸਟ ਕਰੋ ਇਹ ਕਰੋ ਉਹ ਕਰੋ ਇਹ ਚੱਲਦਾ ਔਰ ਉਸ ਤੋਂ ਬਾਅਦ ਕੀ ਹੁੰਦਾ ਜੇ ਉਹ ਅੜ ਵੀ ਜਾਂਦੀਆਂ ਆਪਦੀ ਗੱਲ ਤੇ ਵੀ ਨਹੀਂ ਅਸੀਂ ਇਦੋਂ ਘੱਟ ਹੁਣ ਲੈਣੇ ਨਹੀਂ ਤਾਂ ਉਹਦੀ ਪਤਾ ਲੱਗਦਾ ਕਿ ਸਾਡੀ ਥਾਂ ਤੇ ਕੋਈ ਇਦਾਂ ਦਾ ਆ ਗਿਆ ਜਿਹਨੇ ਕਿਹਾ ਜੀ ਮੈਨੂੰ ਬਸ ਇੰਨੇ ਕਿਤੇ ਦੇ ਦੋ ਮੈਂ ਕਰ ਲਵਾਂਗੀ ਫਿਰ ਇਦਾਂ ਦਾ ਵੀ ਹੋ ਜਾਂਦਾ ਫੇਰ ਬੜਾ ਦੁੱਖ ਹੁੰਦਾ ਵੀ ਹੈ ਸਾਡਾ ਬਦਲੇ ਸੀਗਾ ਹੈਨਾ ਵੀ ਅਸੀਂ ਇੰਨੀ ਮਿਹਨਤ ਕੀਤੀ ਹੈ ਇੰਨੀ ਮਿਹਨਤ ਕਰਕੇ ਅੱਗੇ ਆਏ ਆਂ ਆਪਦੀ ਪਛਾਣ ਬਣਾਈ ਆ ਥੋੜੀ ਬਹੁਤ ਜਿੰਨੀ ਵੀ ਬਣੀ ਹੈ ਪਰ ਬਟ ਇਹ ਹੈਗਾ ਰਜੇ ਹਲੇ ਇਹ ਤੁਸੀਂ ਪੁੱਛਿਆ ਸੀ ਨਾ ਇਹ ਹੈ ਜਾਂ ਨਹੀਂ ਹੈ ਇਹ ਮੈਂ ਅੱਜ ਮੇਰੀਆਂ ਜਿੰਨੀਆਂ ਵੀ ਕਰੈਕਟਰ ਆਰਟਿਸਟ ਆ ਰਿਸ਼ੀ ਮੈਮ ਤੋਂ ਲੈ ਕੇ 네ਰੇ ਤੱਕ ਜਿੰਨੀਆਂ ਵੀ ਸਾਡੀਆਂ ਸਾਡੇ ਘੇਰੇ ਚ ਆਏ ਨੇ ਮੈਂ ਉਹਨਾਂ ਵੱਲੋਂ ਕਹਿਨੀ ਹੈ ਕਿ ਇਹ ਹੈ ਅਜ ਹਜੇ ਵੀ ਔਰ ਇਹਦਾ ਹੱਲ ਹੋਣਾ ਚਾਹੀਦਾ